ਸੀਐਨਸੀ ਚੰਗਾਠਾਂ ਨੇ। ਸਵਾਗਤ ਹੈ ਜੀ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਅਤੇ ਕਮੈਂਟ ਜ਼ਰੂਰ ਕਰਿਓ ਕਿੱਦਾਂ ਦੀ ਲੱਗੀ। ਅੱਜ ਦਿਖਾਉਂਦੇ ਹਾਂ ਤੁਹਾਨੂੰ ਸੀਐਨਸੀ ਚੰਗਾਠਾਂ ਜਿਹੜੀਆਂ ਆਪਣੀਆਂ ਘਰਾਂ ਦੇ ਵਿੱਚ ਲੱਗਦੀਆਂ ਨੇ, ਘਰ ਬਣਾਉਣ ਤੋਂ ਪਹਿਲਾਂ ਜੋੜੀਆਂ ਚੰਗਾਠਾਂ। ਅਤੇ ਸੀਐਨਸੀ ਰੂਲੇ ਵਾਲੀਆਂ ਹੁੰਦੀਆਂ ਨੇ, ਇੱਕ ਆਪਾਂ ਜਿਹੜੀਆਂ ਆਪਾਂ ਇਸ ਤਰ੍ਹਾਂ ਪੱਤਰੇ ਦੀਆਂ ਮੋੜ ਕੇ ਵੀ ਬਣਾ ਦਿੰਦੇ ਹਾਂ। ਇਹ ਨੇ ਸੀਐਨਸੀ ਇੱਕੋ ਰੈਸੀ ਵਾਲੀਆਂ ਚੰਗਾਠਾਂ, ਸਾਰੀਆਂ ਤੁਹਾਨੂੰ ਦਿਖਾਵਾਂ ਜਿਵੇਂ ਬਣਦੀਆਂ ਅਤੇ ਕਿਵੇਂ ਕਿਵੇਂ ਮਤਲਬ ਇਹਦਾ ਤਿਆਰ ਹੁੰਦੀਆਂ ਨੇ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਲਓ ਵੀ ਤਿਆਰੀ ਚੱਲ ਰਹੀ ਹੈ ਸਮਾਨ ਵੱਢਣ ਦੀ ਚੰਗਾਠਾਂ ਦਾ। ਇਹ ਕਾਟਰ ਦੇ ਉੱਤੇ ਨਾ ਜਿਹੜੀ ਆ ਚੰਗਾਠ ਦੇ ਬਾਜੂ ਵੱਢਦੇ ਆ, ਇਹ ਜਮਾਂ ਦੁਨੀਆ ਦੇ ਵਿੱਚ ਵੱਢੇ ਜਾਂਦੇ ਆ। ਦੇਖੋ ਇਹਦੇ ਮਗਰ ਠੱਲ ਲੱਗੀ ਹੋਈ ਹੈਗੀ। ਜਦੋਂ ਆਪਾਂ ਗ੍ਰਾਇੰਡਰ ਦੇ ਵੱਢਦੇ ਹਾਂ ਤਾਂ ਉਹ ਗੱਲ ਨਹੀਂ ਬਣਦੀ, ਜਿਹੜੀ ਇਹ 'ਤੇ ਬਣਦੀ ਆ। ਦੇਖੋ ਕਿਵੇਂ ਕਟਿੰਗ ਹੁੰਦੀ ਆ। ਸਾਫ ਸੁਥਰਾ ਕੰਮ ਆ, ਦੁਨੀਆ ਲਾ ਕੇ ਦਿਖਾਉਣੇ ਤੁਹਾਨੂੰ। ਦੇਖੋ ਕਰੋ ਚੈੱਕ, ਆਹ ਦੇਖੋ ਪਹੀਆ ਜਮਾਂ ਗੁਣੀਆਂ ਦੇ ਵਿੱਚ, ਹੋਰ ਆ ਵੀ ਫਰਕ ਨਹੀਂ। ਇੱਧਰੋਂ ਵੀ ਲਾ ਕੇ ਦੇਖ ਲਓ, ਜਮਾਂ ਗੁਣੀਆਂ 'ਚ ਪਊ। ਦੇਖੋ ਜੋੜ ਵੀ ਸਹੀ ਮਿਲਣਗੇ ਇਹਦੇ। ਹੁਣ ਡਬਲ ਬਤਾਮ ਵਗੈਰਾ ਕੱਢਾਂਗੇ, ਉਹ ਵੀ ਮਸ਼ੀਨੀ ਟੱਕ ਕੱਢਾਂਗੇ ਸਾਰੇ, ਦਿਖਾ ਜੋੜ ਵਗੈਰਾ ਸਾਰੇ ਮਿਲ ਜਾਂਦੇ ਨੇ ਟੱਕ ਕੱਢਣ ਨਾਲ, ਉਹ ਵੀ ਤੁਹਾਨੂੰ ਦਿਖਾਉਣੇ ਆ। ਡਾਈ ਦੇ ਟੱਕ ਕੱਢ ਕੇ ਅੱਗੇ ਡਾਈ ਕਰਦੀ ਪਈ ਆ। ਮਾਲ ਸਾਰਾ ਵੱਢਿਆ ਪਿਆ, ਲਓ ਵੀ ਮਾਲ ਵੱਢਿਆ ਗਿਆ ਸਾਰਾ। ਅਤੇ ਆਹ ਦੇਖੋ ਚਿਣਿਆ ਪਿਆ, ਅਤੇ ਇਹਦੇ ਵਿੱਚ ਸਕਰੈਪ ਸਾਰੀ ਇੰਨੀ ਕੁ ਬਚੀ ਜਾਂਦੀ ਆ। ਬੈਰੇ ਇਦੂ ਬਾਅਦ ਕੱਢਾਂਗੇ, ਹੁਣ ਆਪਾਂ ਇਹਦੇ ਟੱਕ ਜੋੜ ਮਿਲਾਉਣ ਵਾਸਤੇ, ਅਤੇ ਦਿਖਾਉਣਾ ਤੁਹਾਨੂੰ ਸਾਰੀ ਅੱਗੇ ਵੀਡੀਓ। ਲਓ ਵੀ ਹੁਣ ਇਹਦੇ ਵਿੱਚ ਆਪਾਂ ਮੂਹਰੋਂ ਟੱਕ ਕੱਢ ਦਿਆਂਗੇ, ਦਿਖਾਉਣਾ ਤੁਹਾਨੂੰ ਸਫਾਈ ਟੱਕ ਦੀ ਮਸ਼ੀਨੀ
ਘੰਟਿਆਂ ਤੱਕ। ਦੇਖੋ ਸਫਾਈ ਦੇਖੋ, ਦੇਖੋ ਭੋਰਾ ਫਿਰਨ ਨਹੀਂ ਰਹਿੰਦੀ ਇਹਦੇ ਵਿੱਚ, ਆਹ ਚੀਜ਼ਾਂ ਦੇਖੋ ਤੇਲ ਦੇ ਦਾਗ ਲੱਗੇ ਹੋਏ। ਸਫਾਈ ਦੇਖੋ ਆਹ ਟੱਕਰ ਜੀ, ਆਹ ਦੋਵੇਂ ਚੀਜ਼ਾਂ ਦੀ ਟੱਕਰ ਵੀ ਜਮਾਂ ਉਸ ਵਿੱਚ ਰੇਤ ਲੱਗੂਗਾ ਜੇ ਪੱਲੇ ਦਾ ਸਾਰੇ ਦਾ ਇਹਦੇ ਨਾਲ ਪੂਰਾ ਮਤਲਬ ਸਾਫ਼ ਸੁਥਰਾ ਕੰਮ ਆ। ਦੇਖੋ ਧਿਆਨ ਨਾਲ ਦੋਵੇਂ ਪਾਸਿਓ ਮਸ਼ੀਨੀ ਟੱਕ ਦਾ ਇਹੀ ਫਾਇਦਾ ਹੈਗਾ। ਇਹ ਆਪਣਾ ਬਹੁਤ ਪੁਰਾਣਾ ਮਤਲਬ ਕਰਿਆ ਹੋਇਆ ਕੰਮ ਸ਼ੁਰੂ ਤੋਂ। ਲਓ ਵੀ ਹੁਣ ਕਹਿੰਦੇ ਆਪਾਂ ਕਬਜ਼ੇ, ਆਹ ਕਬਜ਼ਿਆਂ ਦੇ ਪਿੱਛੇ ਲੱਗਣਗੇ ਬੂਟ, ਇਹਦੇ ਨਾਲ ਆਇਆ ਮਗਰ ਬਰੇਤੀ ਵਗੈਰਾ ਬਾਜਰੀ ਨਹੀਂ ਪੈਂਦੀ ਇਹਦੇ ਨਾਲ ਜਦੋਂ ਮੂਹਰੋਂ ਪੇਚ ਕਰਦੇ ਜਾਂਦੇ ਨੇ, ਅਤੇ ਗਲੀਆਂ ਗੁਲੀਆਂ ਬਚ ਗਈਆਂ ਇਹਨਾਂ ਦੇ, ਫਰਾਕ ਵਗੈਰਾ ਬਚ ਚੁੱਕੇ ਨੇ। ਅਤੇ ਕਹਿੰਦੇ ਹੁਣ ਕਬਜ਼ੇ ਆਪਣੇ ਕਬਜ਼ਿਆਂ ਦੇ ਪਿੱਛੇ ਕਸੇ ਜਾਂਦੇ, ਇਹਦੇ ਵਿੱਚ ਹੀ ਫਿਕਸ ਹੁੰਦੀਆਂ ਨੇ ਟਿੰਬਰੀਆਂ, ਅਤੇ ਇਹਦੇ ਨਾਲ ਕੀ ਹੈ ਬਾਜਰੀ ਵਗੈਰਾ ਨਹੀਂ ਲੱਗਦੀ, ਵੇਚਣ ਨੂੰ ਸੌਖੇ ਖੁੱਲ੍ਹ ਜਾਂਦੇ ਨੇ। ਅਤੇ ਚਿੰਗਾਠ ਦੀ ਸਫਾਈ ਚੈੱਕ ਕਰੋ, ਅਤੇ ਖੋਰਾਂ ਖੂਰਾਂ ਖੜੀਆਂ ਨੇ, ਸੀ ਐੱਲ ਸੀ ਦਾ ਇੰਨਾ ਫਰਕ ਆ, ਅਤੇ ਆਹ ਜੋੜ ਟਾਪਾ ਲੱਗ ਰਿਹਾ ਜਮਾਂ ਕੰਨੀ ਪੱਧਰ ਕਰਕੇ। ਇਹ ਦੱਬ ਦਿੱਤੀ ਹੁੰਦੀ ਹੈ ਟਾਪੇ ਦੇ ਜੋੜ, ਮਤਲਬ ਆ ਜਮੀ ਖਤਮ ਹੋ ਜੂਗਾ ਕਰਿਆ ਕੰਮ। ਲਓ ਵੀ ਦਿਖਾਉਣਾ ਹੁਣ ਤੁਹਾਨੂੰ ਚੰਗਾਠਾਂ ਦੀ ਸਫਾਈ, ਕਰੋ ਚੈੱਕ ਇੱਧਰ ਲੱਗਿਆ ਹੋਇਆ ਇਹਦੇ ਜੋੜ, ਆਹ ਇਹ ਜੋੜ ਲੱਗਿਆ ਹੋਇਆ ਇੱਧਰ, ਪਾਈਪਾਂ ਵੀ ਦੇਖੋ ਪੂਰੀ ਪੂਰੀ ਫਿਟਿੰਗ ਦੇ ਵਿੱਚ ਜਾਂਦੀਆਂ ਨੇ ਜਮਾਂ ਕੰਪਲੀਟ ਹੋ ਗਈਆਂ ਤਿਆਰ। ਆਹ ਦੇਖੋ ਇਹਦੇ ਜੋੜ ਵਗੈਰਾ ਜਿਹੜੇ ਤੁਸੀਂ ਦੇਖ ਰਹੇ ਹੋ, ਅਤੇ ਆਹ ਵੀ ਜੋੜ ਹੈ ਇਹਦੇ ਸਾਈਡ 'ਤੇ ਜੋੜ ਆ। ਆਹ ਦੇਖੋ ਪਾਈਪਾਂ ਦੀ ਵੀ ਪੂਰੀ ਪੂਰੀ ਫਿਟਿੰਗ ਆ ਪਾਈਪਾਂ ਦੀ, ਅਤੇ ਆਹ ਜੋੜ ਵੀ ਦੇਖੋ ਪੂਰਾ ਮਤਲਬ ਆ ਟੱਕਰ, ਅਜੇ ਸ਼ੀਸ਼ਾ ਜਾਂ ਵਿੰਡੋ ਦੀ ਟੱਕਰ ਪੂਰੀ ਲੱਗਣੀ ਇਹਦੇ ਉੱਤੇ। ਦੇਖੋ ਜੋੜਾਂ ਜੋੜਾਂ ਦੀ ਸਫਾਈ ਚੈੱਕ ਕਰੋ, ਅਤੇ ਇਹਦੇ ਜਿਹੜਾ ਢੱਕਣ ਲੱਗਿਆ ਹੁੰਦਾ ਉਹ ਵੀ ਦਿਖਾਉਣਾ ਤੁਹਾਨੂੰ ਕਿਹੜਾ ਲੱਗਿਆ ਹੁੰਦਾ। ਆਹ ਡੱਬ ਦਿੱਤੀ ਹੁੰਦੀ ਹੈ ਢੱਕਣ ਦੇ ਉੱਤੇ ਇੱਕ ਪਾਸੇ, ਪਾਈਪਾਂ ਦੇ ਸੱਲ ਵੀ ਪੂਰੇ ਪੂਰੇ ਨੇ ਜਮਾਂ, ਪੂਰੀਆਂ ਪੂਰੀਆਂ ਮਤਲਬ ਗਈਆਂ ਨੇ ਪਾਈਪਾਂ। ਜਿਹੜੀਆਂ ਇਹ ਚੰਗਾਠਾਂ ਨੇ ਹੈ ਨਾ, ਇਹ
CNC ਚੰਗਾਠਾਂ ਹੋਣ ਕਰਕੇ ਜਿਹੜੇ ਆ ਪਤਾਮ ਨੇ ਇਹਨਾਂ ਦੇ ਵਿੱਚ ਮਤਲਬ ਫਰਕ ਨਹੀਂ ਪੈਂਦਾ, ਇਹ ਸਾਰਾ ਧੁਰ ਤੋਂ ਧੁਰ ਇੱਕੋ ਜਿਹਾ ਹੀ ਹੋਊਗਾ। ਹਾਂ ਆਹ ਜੋੜ ਲੱਗਿਆ ਹੋ ਰਿਹਾ ਦੇਖੋ ਅਮਰੀਕੀ 'ਚ, ਹਾਂ ਮਤਲਬ ਇਹਦਾ ਫਰੰਟ ਤੋਂ ਵੀ ਜੋੜ ਦਿੰਦਾ, ਮਤਲਬ ਆਹ ਪਾਈਪਾਂ ਪੂਪਾਂ ਦੀ ਮਤਲਬ ਫਿਟਿੰਗ ਦੇਖੋ, ਅਤੇ ਆਹ ਜੋੜਾਂ ਦੀ ਵੀ ਫਿਟਿੰਗ ਪੂਰੀ ਵਧੀਆ ਹੁੰਦੀ ਹੈ ਇਹਦੇ ਵਿੱਚ। ਜਦੋਂ ਵੀ ਮਤਲਬ ਘਰ ਪਾਉਣਾ ਹੋਵੇ ਤਾਂ ਆਹ ਚੰਗਾਠਾਂ ਕੋਸ਼ਿਸ਼ ਕਰੋ ਵੀ ਇਹ ਚੰਗਾਠਾਂ ਲੱਗਣ, ਇਹ ਮਤਲਬ ਜਿਹੜੀਆਂ ਆਪਾਂ ਮੋੜ ਕੇ ਚੰਗਾਠਾਂ ਪ੍ਰੈਸ 'ਤੇ ਬਣਾਉਂਦੇ ਉਹਦੇ ਨਾਲੋਂ 100 ਗੁਣਾ ਵਧੀਆ ਨੇ ਮਤਲਬ ਇਹ ਚੰਗਾਠਾਂ। ਆਹ ਦੇਖੋ ਆਹ ਸਿੰਗਲ ਬਤਾਮ ਗੇਟ ਆ ਕੇ, ਇਹਨਾਂ ਦੇ ਜੋੜ ਜੂੜ ਦੇਖੋ ਕਿਵੇਂ ਮਿਲੇ ਹੋਏ ਆ। ਇਹਨਾਂ ਚੰਗਾਠਾਂ ਦੇ ਵਿੱਚ ਮਤਲਬ ਜਿਹੜਾ ਪਤਾਮ ਵਗੈਰਾ ਹੁੰਦੇ ਨੇ ਇਹਨਾਂ ਦੇ ਵਿੱਚ ਸੂਤ ਭਰ ਦਾ ਫਰਕ ਵੀ ਨਹੀਂ ਪੈਂਦਾ, ਇਹ CNC ਹੋਣ ਕਰਕੇ ਅਤੇ ਜੋੜੀਆਂ ਦੀ ਫਿਟਿੰਗ ਵੀ ਆਸਾਨੀ ਨਾਲ ਹੋ ਜਾਂਦੀ, ਇਹਦੇ ਵਿੱਚ ਲੱਕੜ ਦੀ ਫਿਟਿੰਗ ਬਹੁਤ ਆਸਾਨੀ ਨਾਲ ਹੁੰਦੀ ਆ। ਹਾਂਜੀ ਕਿਵੇਂ ਦੀਆਂ ਲੱਗੀਆਂ ਇਹ ਚੰਗਾਠਾਂ, ਤੁਸੀਂ ਵੀਡੀਓ ਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਆਹ ਗੇਟ ਆ ਗਏ ਅਤੇ ਆਹ 10 ਇੰਚੀ ਚੰਗਾਠ ਆ ਗਈ, 10 ਇੰਚ ਚੌੜੀ, ਕੰਧ ਜਿੰਨੀ ਚੌੜੀ ਆ ਚੰਗਾਠੇ।